तुसी देख रहे हो तपदा सच न्यूज़ ते मैं तुहाडा दोस्त कमलजीत सिंह मरहाणा। इस वक्त असी बैठे हुए हाँ मखू दे विच दा वीज़ा लैण वालियां दे कोल। सरदार लवप्रीत सिंह विरक साहब साढ़े नाल बैठे हुए ने, जिहड़े ओनर ने इत्थों दे। आपां गलबात करांगे अज तों लगभग 5-6 महीने पहलां वी आपां इहनां दे नाल गलबात कीती सी जदों इहनां ने इत्थे नवां काम शुरू कीता सी, ते हुण फिर 6 महीने बाद आपां इहनां दे कोले दुबारा विजिट कीती आ। आपां पुछदे हां इहनां दा सफ़र किवें दा रिहा ਅਤੇ ਕਿਵੇਂ ਕੋਈ ਮੁਸ਼ਕਲਾਂ ਆਈਆਂ ਜਾਂ ਕਿਵੇਂ ਦਾ ਹੰਗਾਰਾ ਜਿਹੜਾ ਇਹਨਾਂ ਨੂੰ ਲੋਕਾਂ ਕੋਲੋਂ ਮਿਲਿਆ। ਹਾਂਜੀ ਵਿਰਕਸਰ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਲਵਪ੍ਰੀਤ ਸਿੰਘ ਜੀ, ਪਹਿਲਾ ਕੁਐਸਚਨ ਤਾਂ ਮੇਰਾ ਇਹੀ ਆ ਕਿ ਲਗਭਗ 6 ਮਹੀਨੇ ਹੋ ਗਏ ਆਪਾਂ ਨੂੰ ਮਿਲਿਆ ਨੂੰ, ਇੱਥੇ ਆਏ ਸੀ ਤੁਹਾਡੇ ਕੋਲ ਅਸੀਂ, ਕਿਵੇਂ ਦਾ ਸਫ਼ਰ ਰਿਹਾ ਫਿਰ ਮਖੂ ਦੇ ਵਿੱਚ, ਕਿਵੇਂ ਦਾ ਹੰਗਾਰਾ ਦਿੱਤਾ ਲੋਕਾਂ ਨੇ? ਦੇਖੋ ਜੀ, ਸਾਨੂੰ ਜਿਹੜਾ ਆਸ ਤੋਂ ਵੱਧ ਰਿਸਪੋਂਸ ਮਿਲਿਆ ਲੋਕਾਂ ਦਾ, ਅਤੇ ਬਹੁਤ ਹੀ ਵਧੀਆ ਸਫ਼ਰ ਰਿਹਾ ਹਾਲੇ ਤੱਕ। ਬਹੁਤ ਦਿਲਚਸਪ ਕੇਸਿਸ ਮਿਲੇ ਦੇਖਣ ਨੂੰ, ਬਟ ਬਹੁਤ ਹੀ ਵਧੀਆ ਰਿਸਪੋਂਸ ਰਿਹਾ ਓਵਰਆਲ ਕਲਾਇੰਟਸ ਦਾ। ਓਕੇ, ਮਤਲਬ ਕਿ ਵਧੀਆ ਰਿਹਾ ਲੱਗ ਕੇ। ਇੱਕ ਨਾ ਆਪਾਂ ਗੱਲਬਾਤ ਕਰਦੇ ਹਾਂ ਹੁਣ ਤੁਹਾਡੇ ਕੰਮ ਨੂੰ ਲੈ ਕੇ, ਜਿਵੇਂ ਇੱਕ ਅਫਵਾਹ ਉੱਡੀ ਹੋਈ ਹੈ, ਅਫਵਾਹ ਵੀ ਸਮਝ ਲਓ ਕਾਫੀ ਜ਼ਿਆਦਾ ਇਹ ਗੱਲ ਫੈਲੀ ਹੋਈ ਹੈ ਕਿ ਕਨੇਡਾ ਨੇ ਫਾਈਲਾਂ ਲੈਣੀਆਂ ਬੰਦ ਕਰ ਦਿੱਤੀਆਂ ਨੇ, ਕਨੇਡਾ ਨੇ ਵੀਜ਼ੇ ਦੇਣੇ ਬੰਦ ਕਰ ਦਿੱਤੇ ਨੇ, ਕੀ ਸੱਚਾਈ ਕੀ ਇਹਦੇ 'ਚ, ਵਾਕਈ ਬੰਦ ਕਰ ਦਿੱਤੇ ਆ? ਨਹੀਂ ਜੀ, ਇਹ ਬਿਲਕੁਲ ਅਫਵਾਹ ਸਰਾਸਰ ਝੂਠ ਆ। ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਇੱਦਾਂ ਦਾ ਕੋਈ ਵੀ ਅਫੀਸ਼ੀਅਲ ਐਲਾਨ ਨਹੀਂ ਹੋਇਆ। ਹਾਲਾਂਕਿ ਸਾਨੂੰ ਤਾਂ ਲਗਾਤਾਰ ਵੀਜ਼ਾਜ਼ ਵੀ ਮਿਲੇ ਆ, ਪਿਛਲੇ ਹਫ਼ਤੇ ਵੀ ਆਪਣੇ ਇੱਕ PPR ਆਈ ਆ, ਅੱਜ 2 PPR ਰਿਕੁਐਸਟ ਆਈਆਂ ਹੋਈਆਂ ਤੁਹਾਡੇ ਸਾਹਮਣੇ ਆ, ਤੁਸੀਂ ਦੇਖ ਸਕਦੇ ਹੋ। ਓਕੇ, ਇਹਦੇ ਤੋਂ ਇਲਾਵਾ ਜਿਹੜੀ ਹਾਂ ਪ੍ਰੋਸੈਸਿੰਗ ਟਾਈਮ ਦੇ ਵਿੱਚ ਬੇਸ਼ੱਕ ਥੋੜ੍ਹੀ ਜਿਹੀ ਦੇਰੀ ਹੋਈ ਆ, ਸਲੋ ਹੋਇਆ, ਬਿਕੋਜ਼ ਉਹ ਤਾਂ ਉਹਨਾਂ ਨੇ ਅਫੀਸ਼ਲੀ ਵੀ ਰਿਕਾਰਡ ਕੀਤਾ ਹੈ ਕਿ ਦੇਖੋ ਜਦੋਂ ਬਰਡਨ ਜ਼ਿਆਦਾ ਹੋ ਗਿਆ, ਫਾਈਲਸ, ਨੰਬਰ ਆਫ ਫਾਈਲਸ ਬਹੁਤ ਜ਼ਿਆਦਾ ਲੰਬੀਆਂ ਚਲੀਆਂ ਹੈਗੀਆਂ, ਅਤੇ ਉਹਦੇ ਨਾਲ ਸਮਾਂ ਵੀ ਥੋੜ੍ਹਾ ਜਿਹਾ ਜ਼ਿਆਦਾ ਖਿੱਚਿਆ ਗਿਆ, ਸੋ ਤਾਂ ਕਰਕੇ ਥੋੜ੍ਹਾ ਜਿਹਾ ਦੇਰੀ ਨਾਲ ਵੀਜ਼ਾ ਆ ਰਿਹਾ, ਬਟ ਵੀਜ਼ਾਸ ਮਿਲ ਰਹੇ, ਐਵੇਂ ਤਾਂ ਕੁਛ ਨਹੀਂ ਹੈਗਾ ਕਿ ਮਿਲ ਹੀ ਨਹੀਂ ਰਹੇ ਜੀ ਜਾਂ ਬੰਦ ਕਰਦੇ। ਓਕੇ, ਰੀਸੈਂਟਲੀ ਆਪਣੇ ਕੋਲ ਕਿੰਨੇ ਕੁ ਵੀਜ਼ੇ ਹੁਣ ਜਿਹੜੇ ਆਏ ਹੋਏ ਰੀਸੈਂਟਲੀ, ਜਿਹੜੇ 1-2 ਹਫ਼ਤਿਆਂ ਦੇ ਵਿੱਚ? ਜੇਕਰ ਮੈਂ ਇਸ ਮਹੀਨੇ ਦੀ ਗੱਲ ਕਰਾਂ ਤਾਂ 1 ਤਰੀਕ ਤੋਂ ਬਾਅਦ ਪਿਛਲੇ ਹਫ਼ਤੇ ਆਪਣੇ ਕੋਲ 1 PPR ਆਈ ਹੈ, 2 ਅੱਜ ਜਿਵੇਂ ਮੈਂ ਦੱਸਿਆ ਕੈਨੇਡਾ ਦੀਆਂ ਆਈਆਂ, 2 ਆਸਟ੍ਰੇਲੀਆ ਦੇ ਵੀਜ਼ਾਸ ਆਏ ਆ ਇਸੇ ਮਹੀਨੇ ਦੇ ਵਿੱਚ ਅਸੀਂ ਮਤਲਬ 5 ਵੀਜ਼ਾਸ ਰਿਸੀਵ ਕੀਤੇ ਆ। ਇੱਕ ਜਿਹੜਾ ਵਿਦਆਊਟ ਆਈਲੈਟਸ UK ਦਾ ਵੀ ਕਿਵੇਂ ਉਹ ਚੱਲ ਰਿਹਾ ਵਾ, ਵਿਦਆਊਟ ਆਈਲੈਟਸ ਕਿ ਨਹੀਂ, ਕਿਵੇਂ ਬੰਦ ਆ ਜਾਣਾ? ਨਹੀਂ ਜੀ, ਬਿਲਕੁਲ UK ਨੇ ਵਿਦਆਊਟ ਆਇਲਸ ਲੈਣਾ ਬੰਦ ਕਰ ਦਿੱਤਾ ਹੈ। ਅੱਛਾ, ਬੰਦ ਆ ਉਹਨੂੰ? ਬਿਲਕੁਲ ਜੀ, ਬਿਲਕੁਲ। 1 ਯੂਨੀਵਰਸਿਟੀ ਸੀਗੀ 2021 ਤੋਂ ਬਾਅਦ, 1 ਹੀ ਯੂਨੀਵਰਸਿਟੀ ਸੀ ਜਿਹੜੀ ਬੇਸਿਕਲੀ ਪਿਛਲੇ 2 ਸਮੈਸਟਰਸ ਤੋਂ ਕਰ ਰਹੀ ਸੀ ਵਿਦਆਊਟ ਆਇਲਸ। ਹੁਣ BPP ਯੂਨੀਵਰਸਿਟੀ ਨੇ ਜਨਰਲ ਇਨਟੇਕ ਲਈ ਬਿਲਕੁਲ ਸਾਫ਼ ਤੌਰ 'ਤੇ ਮਨ੍ਹਾ ਕਰ ਦਿੱਤਾ ਆ, ਸੋ ਕੋਈ ਵੀ ਅੰਡਰ ਗ੍ਰੈਜੂਏਟ ਬੱਚਾ ਜਿਹੜਾ ਕਿ +2 ਕਰ ਚੁੱਕਿਆ ਹੈ, ਜਿਹੜਾ ਬੈਚਲਰਸ ਲਈ ਜਾਣਾ ਚਾਹੁੰਦਾ ਆ, ਉਹ ਵਿਦਆਊਟ ਆਇਲਸ ਨਹੀਂ ਜਾ ਸਕਦਾ। ਹੁਣ ਫਿਰ ਜਿਹੜੇ ਕਈ ਕਹਿ ਰਹੇ ਨੇ ਕਿ ਵਿਦਆਊਟ ਆਈਲੈਟਸ ਅਸੀਂ UK ਦਾ ਲਗਵਾ ਦਿੰਦੇ ਹਾਂ, ਫਿਰ ਉਹ ਕੀ ਫਰੋਡ ਹੋਊਗਾ ਜਾਂ ਝੂਠ ਹੋਊਗਾ? ਦੇਖੋ ਜੀ, ਜਾਂ ਰੱਬ ਨੇ ਜਾਂ ਟੱਬ ਨੇ, ਦੋਵਾਂ 'ਚੋਂ ਇੱਕ ਚੀਜ਼ ਹੋਊਗੀ। ਜਿਹੜੇ ਰੱਬ ਨੇ ਉਹਨਾਂ ਦਾ ਪਤਾ ਨਹੀਂ ਗਾ, ਪਰ ਠੱਗ ਬਹੁਤ ਨੇ ਇੱਥੇ ਮਾਰਕੀਟ ਦੇ ਵਿੱਚ, ਸੋ ਸਾਡਾ ਸੇਮ ਸੈਕਟਰ ਹੈ, ਸਾਨੂੰ ਵੀ ਪਤਾ ਆ, ਐਵੇਂ ਦਾ ਕੋਈ ਹੈ ਨਹੀਂ ਗਾ ਕਿ ਕੋਈ ਵੀ ਯੂਨੀਵਰਸਿਟੀ ਜਿਹੜੀ ਵਿਦਆਊਟ ਆਇਲਸ ਲੈ ਰਹੀ ਹੋਵੇ। ਇਸ ਤੋਂ ਇਲਾਵਾ ਕਨੇਡਾ, ਆਸਟ੍ਰੇਲੀਆ, UK ਦਾ ਕੀ ਪ੍ਰੋਸੈਸ ਆ ਤੁਹਾਡੇ ਕੋਲ, ਜੇ ਕੋਈ ਵੀ ਸਟੂਡੈਂਟ ਜਾਣਾ ਚਾਹੁੰਦਾ ਜਾਂ ਕੋਈ ਵੀ ਜਾਣਾ ਵਿਜ਼ਿਟ ਕਰਨੀ ਚਾਹੁੰਦਾ ਜਾਣਾ ਚਾਹੁੰਦਾ, ਕੀ ਉਹਦਾ ਪ੍ਰੋਸੈਸ ਲੱਗ ਰਿਹਾ ਵੀ ਜੇ ਖੁੱਲ੍ਹੇ ਹੋਏ ਤਿੰਨਾਂ ਥਾਵਾਂ 'ਤੇ? ਬਿਲਕੁਲ ਜੀ, ਆਸਟ੍ਰੇਲੀਆ, ਕੈਨੇਡਾ, UK ਪ੍ਰੋਪਰ ਡੀਲ ਕਰ ਰਹੇ ਹਾਂ। ਆਸਟ੍ਰੇਲੀਆ ਜਿਹੜੇ ਵੀ ਬੱਚਿਆਂ ਦੇ 6 ਏਜ ਤੋਂ ਬੈਂਡ ਘੱਟ ਜਾਂਦੇ ਆ, ਜਿਵੇਂ 1-5 ਰੀਸੈਂਟ ਪਾਸ ਆਊਟ ਨੇ, ਮੈਂ ਦੁਬਾਰਾ ਕਹਿਣਾ ਚਾਹੂੰਗਾ ਜਿਹੜੇ ਰੀਸੈਂਟ ਪਾਸ ਆਊਟ ਨੇ ਸਿਰਫ ਉਹੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਆ। 2022 ਨੂੰ ਉਹ ਬਹੁਤ ਖਿੜੇ ਮੱਥੇ ਲੈ ਰਹੇ ਆ, ਬਟ 2021 ਪਾਸ ਆਊਟ ਨੂੰ ਵੀ ਆਸਟ੍ਰੇਲੀਆ ਬਹੁਤ ਹੀ ਜ਼ਿਆਦਾ ਅਗਰੈਸਿਵਲੀ ਰਿਫਿਊਜ਼ ਕਰ ਰਿਹਾ, ਬਟ ਕੈਨੇਡਾ ਇਸ ਮਾਮਲੇ ਦੇ ਵਿੱਚ ਠੀਕ ਹੈ। ਬਟ ਮੈਂ ਹਮੇਸ਼ਾ ਰੈਕਮੈਂਡ ਕਰਦਾ ਕਿ SDS ਕਾਲਜਿਸ ਦੇ ਵਿੱਚ ਜਾਓ, SDS ਪ੍ਰੋਫਾਈਲ ਲੈ ਕੇ ਜਾਓ। UK ਦੇ ਵਿੱਚ ਅਸੀਂ 2020 ਤੋਂ ਪਾਸ ਆਊਟ ਤੋਂ ਬਾਅਦ ਵਾਲੇ ਬੱਚੇ ਅਪਲਾਈ ਕਰ ਸਕਦੇ ਆ ਜਿਹੜੇ ਬੈਚਲਰਸ ਲਈ ਜਾਣਾ ਚਾਹੁੰਦੇ ਆ, ਬਟ ਉਹਨਾਂ ਨੂੰ PT ਦੇ ਵਿੱਚ ਜਾਂ ਫਿਰ IELTS ਦੇ ਵਿੱਚ 6 ਏਜ ਬੈਂਡ ਜਾਂ 6 with 5.5 ਬੈਂਡ ਸਕੋਰਸ ਬਹੁਤ ਜ਼ਰੂਰੀ ਨੇ। ਇੱਕ ਰਿਫਿਊਜ਼ਲ ਜਿਹੜੀਆਂ ਆਉਂਦੀਆਂ ਨੇ, ਜਿਵੇਂ ਕੈਨੇਡਾ ਦੀਆਂ ਰਿਫਿਊਜ਼ਲ ਵੀ ਕਾਫੀ ਆ ਰਹੀਆਂ ਪਿਛਲੇ ਸਮੇਂ ਤੋਂ, ਕੀ ਰੀਜ਼ਨ ਕੀ ਰਹਿ ਜਾਂਦਾ, ਕੋਈ ਫਾਈਲ ਦੇ ਵਿੱਚ ਕੋਈ ਪ੍ਰੋਬਲਮ ਰਹਿ ਜਾਂਦੀ ਜਾਂ ਕੀ ਰਿਫਿਊਜ਼ਲ ਆਉਣ ਦਾ ਕੀ ਕਾਰਨ ਨੇ ਜ਼ਿਆਦੀਆਂ? ਦੇਖੋ ਜੀ, ਮੇਨ ਕਾਰਨ ਜਿਹੜਾ ਕੈਨੇਡਾ ਦੀ ਰਿਫਿਊਜ਼ਲ ਦਾ ਉਹ ਹੈਗਾ ਕੋਰਸ ਸਿਲੈਕਸ਼ਨ। ਸਭ ਤੋਂ ਪਹਿਲਾਂ ਤਾਂ ਅਸੀਂ ਕੋਰਸ ਸਿਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਕਮੀ ਰਹਿ ਜਾਂਦੀ ਹੈ। ਫਰਜ਼ ਕਰੋ ਇੱਕ ਬੱਚੇ ਦੇ ਇਕਨੋਮਿਕਸ ਦੇ ਵਿੱਚੋਂ ਨੰਬਰ ਘੱਟ ਨੇ, ਆਰਟਸ ਉਹਦਾ ਕੀਤਾ ਹੋਇਆ ਸਟ੍ਰੀਮ, ਇਕਨੋਮਿਕਸ ਦੇ ਵਿੱਚ ਮੇਰੇ 39 ਨੰਬਰ ਨੇ, ਮੈਂ ਉੱਥੇ ਜਾ ਕੇ ਫਿਰ ਬਿਜ਼ਨਸ ਦੀ ਇਕਨੋਮਿਕਲੀ ਕੋਈ ਨਾ ਕੋਈ ਸਬਜੈਕਟ ਲੈ ਰਿਹਾ ਜਿਹਦੇ ਵਿੱਚ ਇਕਨੋਮਿਕਸ ਹੀ ਮੇਜਰ ਆ, ਅਤੇ ਉਹ ਕੋਮਨ ਸੈਂਸ ਆ, ਉਹ ਵੀ ਦੇਖਦੇ ਆ ਕਿ ਹਾਂਜੀ ਜਿਹਦੇ ਵਿੱਚ ਮੈਂ ਇੱਕ ਬੰਨੇ ਕਹਿ ਰਿਹਾ ਮੇਰਾ ਫੇਵਰੇਟ ਆ, ਦੂਜੇ ਬੰਨੇ ਮੇਰੇ ਉਹਦੇ 'ਚ ਨੰਬਰ ਹੀ ਨਹੀਂ ਹੈਗੇ, ਸੋ ਉਹਦੇ 'ਚੋਂ ਜਦੋਂ ਅਸੀਂ ਨੰਬਰ ਨਹੀਂ ਆਏ ਸਾਡੇ ਜਾਂ ਅਸੀਂ ਉਹਦੇ ਵਿੱਚ ਇੰਨੇ ਵਧੀਆ ਨਹੀਂ ਹੈਗੇ ਜਦੋਂ ਕਿ ਸਾਡੇ ਦੂਜੇ ਸਬਜੈਕਟ 'ਚ ਵਧੀਆ ਆ, ਤਾਂ ਉਹ ਆਫਕੋਰਸ ਰਿਫਿਊਜ਼ਲ ਆਏਗੀ।
ओके okay. फिर जिवें तुसीं हुण दस्या कि जदों आपां इस तरह की कोई कंडीशन बनती है कि जिहदे नाल आपां नूं रिफ्यूजल आ सकती है, इहनूं लै के तुसीं फिर नाल काउंसलिंग करदे हो? जिहड़ा भी तुहाडे कोले आउंदा वा, जिहड़ा भी क्लाइंट आउंदा, उहदे नाल काउंसलिंग भी करदे हो, सलाह दिंदे हो नाल कोई? बिल्कुल सर, ये डिपेंड करता प्रोफाइल टू प्रोफाइल वैरी कर जाता है। ओके बट इदा का सारा कुछ साढ़े को अवेलेबल है। ईवन बच्चे ए टू जी दसीदा कि हाँ जी ये तुहाडा कॉलेज हो सकता है, आह प्रोग्राम मिल सकते हैं। ये कई बार बच्चों जदों की कि असी फलानी सिटी ही जाना है, फर्ज करो जिवें टोरोंटो या अंटारियो असी मान लो टोरोंटो ही जाना या ब्रैम्पटन ही जाना, वो भी उन्होंने नंबर ऑफ कॉलेज की साढ़े को वेरिएशन रहा कि जेडे कॉलेज एक्सैप्ट कर रहे जिनी यूनीवर्सिटी एक्सैप्ट कर रही है, तो उदा का ही प्रोग्राम असी चूज़ करके दें बच्चे। अखीर तक फिर की हम जे भी बच्चे जाना चाहते हैं ज कोई भी जरा जाना चाहता वा की चीज़ देख के आवे कि जो किसी ने भी उन्हें मिलना वा किसी भी इमीग्रेशन को आना की चीज़ देख के सब तो पहला बेस्ट की चीज़ उन्होंने जिन्हों देख के लगे कि जो ते को भी आना मान लो ज होर कित भी जाना वा की चीज़ देखे कि ये सही है बंदा जो तो कहो कि ठगी बड़ी होंगी तेजे डिपार्टमेंट जी जी कोई शक नहीं गा। देखो हर सैक्टर दे विच हर तरह का इंसान बैठा, बट जिवें कि मैं हमेशा कहना कि देखो सब तो पहले खुद रिसर्च करके आओ, जेड़ा भी कोई तुहाडे चाचे दा मामे दा कोई भी रिश्तेदार जेड़ा बच्चा बाहर आ उन्हां नूं पुछो कि तुहाडे इत्थे की हैगा की नहीं हैगा। आफ्टर दैट जदों तुसीं रिसर्च कीती होगी खुद कि फलाने कॉलेज की वैबसाइट पर जाके देखिया कि हाँ जी इहदे विच आह प्रोग्राम है ही नहीं, तो जेकर तुहाडा एजेंट कह रहा कि हाँ जी जी मैं दवा दूंगा, किसी के हाथ सर कोई भी जादू की छड़ी नहीं हैगी। हरेक इंसान ने हरेक बंदे ने उ वैबसाइट तो उन्होंने देखना उतों ही मैं देखना, किसी लिए भी इदा नहीं है कि किसी लिए प्रोग्राम बंद आ जां यूनीवर्सिटी ने बंद किया तो मेरे लिए खुला आ, इदा का कुछ नहीं होंगे। अखीर तक की बेनती करते हो सारे स्टूडेंट्स नू ते जिहड़े भी तुहाडी वीडियो देख रहे ने अपने इलाके दे लोकां नू जां जिन्ने भी तुहाडी वीडियो देख रहे ने की बेनती करते हो अखीर दे उत्ते? मैं तो यही देखो फर्ज कर रहा हूँ, मैं तो यही कहना कि सब तो वड्डी बेनती पहला यही है कि खुद रिसर्च करो, खुद उन्दे ते किसी ते भरोसा करन तो पहलों खुद एनालाइज करो, बाद दे विच किसी नू दोष देण नालों चंगा है कि पहलों मैं खुद आपदा देखा कि हाँ जी यही सही आ ये गलत आ, क्योंकि अक्सर हाँ च हाँ मिलाउण वाले कितें ना कितें तुहानू ठगण दे फराक दे विच हुंदे आ। सो ये बहुत सौखा हो जांदा साडे लई भी कई वारी कोई क्लाइंट आउंदे आ कि उन्हां दे विच हाँ दे हाँ मिलाओ ते पैसे बनाओ, बट हमेशा जो भी तुसीं एक्सपैक्ट कर रहे हो वह ना देखो। हुण असीं बीमार हाँ, असीं दवाई लैन जाने, सानूं अहीं यही चाहुंदे हां कि डॉक्टर सानूं इह कहे भी घट निक्की जी बीमारी है, बट जो बीमारी वड्डी होवे तो निक्की कहूगा तो वह साडा ही नुकसान है, दवाई भी कौड़ी खानी पऊगी। बिल्कुल जी बिल्कुल, हर औखी बीमारी का औखा इलाज आ। सो सेम उही कंडीशन साढ़े सैक्टर दे विच आ कि जिहड़ी प्रोफाइल्स आ जे तुहाडी प्रोफाइल वीक आ ते उह उनका तरीका मतलब गलत तरीका लभन नालों चंगा है कि असं उन्होंने सुधारन की कोशिश करिए। ठीक है, बहुत बहुत धन्यवाद जी। दसकोज सन लवप्रीत सिंह जी विरक सारी गलबात तुसी सुनी, इन्हों का यही मेन जिहड़ा आपां गलबात दा निचोड़ कढ़ीए ते निकलदा कि जेकर तुसी भी जाना चाहते हो बाहरले देश जाना चाहते हो कितें भी, तो सब तो पहला तुहानू जानकारी लैनी जिहड़ी ओह बहुत ही ज़्यादा जरूरी आ। जिथे भी तुसीं जा रहे हो, जिहड़े भी काम लई जा रहे हो, स्टडी लई जा रहे हो, जां जिवें भी तुसीं जा रहे हो, पहलां तुहानूं सारी नॉलेज होनी बहुत ज़्यादा जरूरी है तां कि किसी भी द्वारा तुसीं ठगे ना जाओ जां तुहाडे नाल कोई भी फ्रॉड जिहड़ा ओह ना हो सके। तो उहदा इक्को ही हल है कि सब तो पहलां तुहानूं जिहड़ी ओह मेन प्रॉपर जिहड़ी ओह जानकारी होनी चाहिए आ जिथे भी तुसीं जा रहे हो। इन्हां दा नंबर स्क्रीन दे उत्ते फ्लैश हो रहा वा, कोई भी इन्हां कोलों तुसीं एडवाइस लैणा चाहुंदे हो ते कोई फाइल लाउणा चाहुंदे हो जिवें इन्हां ने कहा कनेडा ते यूके ते आस्ट्रेलिया दे विच तिने हुण इस वक्त कर रहे हैं, तो कोई भी जाना चाहता तो इन्हां दे नाल ओह कॉन्टैक्ट इन्हां दे जिहड़े नंबर चल रहे ने स्क्रीन दे उत्ते कॉन्टैक्ट कर सकदा। तपदा सच न्यूज़ तो रिपोर्टिंग कमलजीत सिंह मरहाणा।